ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਚਿੱਟੇ ਦੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਹੁਕਮ ਜਾਰੀ ਕਰਦੀ ਹੈ ਅਤੇ ਨਾਮ ਦੱਸਣ ਲਈ ਵਿਅਕਤੀ ਦੀ ਪਹਿਚਾਣ ਗੁਪਤ ਰੱਖਣ ਦਾ ਵੀ ਦਾਅਵਾ ਕਰਦੀ ਹੈ, ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾ ਪੁਰਾਣਾ ਨਜ਼ਦੀਕ ਪੈਂਦੇ ਪਿੰਡ ਸਮਾਧ ਪਾਈ ਕੇ ਹੈ, ਜਿੱਥੇ ਪਿੰਡ ਵਾਸੀਆਂ ਨੇ ਤਿੰਨ ਨਸ਼ੇੜੀਆਂ ਨੂੰ ਫੜ ਕੇ ਖੂਬ ਝੰਬਿਆ ਉੱਥੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਦੀ ਇੱਕ ਮਾਂ ਨੇ ਰੋ ਰੋ ਕੇ ਕਿਹਾ ਕਿ ਉਸਦਾ 18 ਸਾਲ ਦਾ ਪੁੱਤ ਜਿਸ ਤੋਂ ਵੱਡੀਆਂ ਆਸਾਂ ਸਨ, ਪਰ ਪਿੰਡ ਦੇ ਚਮਕੌਰ ਸਿੰਘ ਕੌਰੀ ਨੇ ਹੀ ਚਿੱਟੇ 'ਤੇ ਲਾ ਦਿੱਤਾ, ਜਿਸ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਇੱਥੇ ਵਸਣ ਇਸ ਮਾਂ ਦੇ ਹੰਝੂਆਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਪਾਣੀ ਲਿਆ ਦਿੱਤਾ ਅਤੇ ਲੋਕ ਇਹਨਾਂ ਤਸਕਰਾਂ ਅਤੇ ਨਸ਼ੇੜੀਆਂ ਦੇ ਖਿਲਾਫ ਉੱਠ ਖੜ੍ਹੇ ਹੋਏ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਤਿੰਨ ਨਸ਼ੇੜੀਆਂ ਨੂੰ ਫੜ ਲਿਆ, ਜੋ ਕਿ ਪਿੰਡ ਦੇ ਨਸ਼ਾ ਤਸਕਰ ਚਮਕੌਰ ਸਿੰਘ ਕੌਰੀ ਤੋਂ ਹੀ ਨਸ਼ਾ ਖਰੀਦੇ ਸਨ। ਰੱਸੀ ਨਾਲ ਬੰਨ੍ਹ ਕੇ ਜਿੱਥੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਬਾਘਾ ਪੁਰਾਣਾ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਉੱਥੇ ਇੱਕ ਨਸ਼ਾ ਕਰਨ ਵਾਲੇ ਨਸ਼ੇੜੀ ਨੇ ਦੱਸਿਆ ਕਿ ਚਮਕੌਰ ਸਿੰਘ ਕੌਰੀ ਪਹਿਲਾਂ ਛੋਟੇ ਬੱਚਿਆਂ ਨੂੰ ਮੁਫ਼ਤ ਨਸ਼ਾ ਦਿੰਦਾ ਹੈ ਅਤੇ ਬਾਅਦ ਵਿੱਚ ਉਹਨਾਂ ਤੋਂ ਪਿੰਡ ਅਤੇ ਆਸ ਪਾਸ ਦੇ ਨਸ਼ੇ ਦੀ ਸਪਲਾਈ ਵੀ ਕਰਵਾਉਂਦਾ। ਉੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਬਹੁਤ ਦੇਖ ਲਿਆ, ਕੋਈ ਸਰਕਾਰ ਜਾਂ ਪੁਲਿਸ ਕੁਝ ਨਹੀਂ ਕਰ ਰਹੀ ਅਤੇ ਉਹਨਾਂ ਪਿੰਡ 'ਚੋਂ ਨਸ਼ਾ ਖਤਮ ਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ, ਜਿਸ ਤੋਂ ਪਹਿਲੀ ਕਾਰਵਾਈ 'ਚ ਤਿੰਨ ਨੌਜਵਾਨਾਂ ਜੋ ਕਿ ਨਸ਼ੇ ਦੇ ਆਦੀ ਸਨ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਉੱਥੇ ਇੱਕ ਸਾਂਝਾ ਮਤਾ ਪਾ ਕੇ ਚਮਕੌਰ ਸਿੰਘ ਕੌਰੀ ਦੇ ਘਰ ਨੂੰ ਜਿੰਦਰਾ ਲਗਾ ਦਿੱਤਾ ਅਤੇ ਉਸ ਨੂੰ ਪਿੰਡ 'ਚੋਂ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਗੇਟ ਅੱਗੇ ਲਿਖ ਕੇ ਲਗਾ ਦਿੱਤਾ ਜਾਵੇਗਾ ਕਿ ਇਹ ਪਿੰਡ ਛੱਡ ਗਿਆ ਹੈ। ਕੀ ਨਾਮ ਹੈ ਮਤਾ ਜੀ ਤੁਹਾਡਾ? ਦੋ ਮਹੀਨੇ ਦੇ ਵਿੱਚ ਹੀ ਲੱਗਿਆ, ਪਤਾ ਹੀ ਨੀ ਸਾਨੂੰ, ਤਾਂ ਦੱਸਦਾ ਹੀ ਨੀ ਸੀ, ਮੈਂ ਤਾਂ ਕੁਝ ਖਾਂਦਾ ਹੀ ਨੀ, ਐਂ ਕਹਿੰਦੇ ਸਨ, ਮੈਂ ਕੁਝ ਖਾਂਦਾ ਹੀ ਨੀ ਸੀਗਾ, ਇੰਨੇ ਘਰੇ ਰਹਿੰਦਾ, ਸਾਰਿਆਂ ਨੂੰ ਪਤਾ ਇਹਨਾਂ ਨੂੰ ਪੈਸੇ ਕਿਵੇਂ ਇਕੱਠੇ ਕਰਦਾ ਸੀ, ਪੈਸੇ ਕਿੱਥੋਂ ਲਿਆਉਂਦਾ ਸੀ, ਪਤਾ ਨੀ, ਸਾਨੂੰ ਕਿਸਾਨ ਨੂੰ ਫੜਾਵੇ ਤੇ ਫੇਰ ਹੀ ਆ, ਸਾਨੂੰ ਕੁਝ ਨਹੀਂ ਦਿੰਦਾ, ਨਾ ਅਸੀਂ ਮੰਗਦੇ ਸੀ। ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਲਖਵਿੰਦਰ ਸਿੰਘ, ਮੈਂ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਯੂਥ ਕਲੱਬ ਦਾ ਪਿੰਡ ਦਾ ਪ੍ਰਧਾਨ ਹੈ। ਅੱਜ ਪਿੰਡ ਦੇ ਵਿੱਚ ਕੁਝ ਨਸ਼ੇੜੀ ਫੜੇ ਆ, ਕਿੰਨੀ ਦੇਰ ਤੋਂ ਇਹ ਕੰਮ ਚੱਲ ਰਿਹਾ ਇੱਥੇ ਪਿੰਡ? ਇਹ ਜੀ ਤਕਰੀਬਨ ਬਹੁਤ ਹੀ ਸਾਲਾਂ ਤੋਂ ਸਾਡੇ ਮਤਲਬ ਚੱਲ ਰਿਹਾ ਕੰਮ ਨਸ਼ਿਆਂ ਦਾ, ਜੋ ਅਸੀਂ ਦੇਖ ਰਹੇ ਹਾਂ ਅਤੇ ਹੁਣ, ਪਰ ਸਾਨੂੰ ਇੱਕ ਸਾਥ ਅਸੀਂ ਅੱਠ ਤੋਂ ਬੈਠੇ ਹਾਂ ਵੀ ਅਸੀਂ ਕੋਈ, ਅਸੀਂ ਸਾਰੇ ਪਿੰਡ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਕੇ ਅੱਜ ਨਾਲ ਕੱਲ੍ਹ ਦੇ ਅਸੀਂ ਤੁਰੇ ਸੀ ਵੀ ਆਪਾਂ ਜਿਹੜੀ 10 ਸਾਲਾਂ ਤੋਂ ਪਿੱਛੇ ਸਾਡੇ ਪਿੰਡ ਦੇ ਵਿੱਚ ਜੋ ਨਸ਼ੇ ਦਾ ਇਹ ਕਾਰੋਬਾਰ ਅਤੇ ਕਾਲਾ ਧੰਦਾ ਚੱਲ ਰਿਹਾ ਸੀ, ਉਸ ਨੂੰ ਠੱਲ ਪਾਈਏ, ਅਤੇ ਅਸੀਂ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਕੁਝ ਦੋਵਾਂ ਤਿੰਨਾਂ ਕਲੱਬਾਂ ਨੇ ਰਲ ਕੇ ਕੱਲ੍ਹ ਤੋਂ ਜੋ ਅਸੀਂ ਇਹ ਆਪਦੀ ਮੁਹਿੰਮ ਜੋ ਸਾਨੂੰ ਭਿਣਕ ਕਿਸੇ ਤੋਂ ਲੱਗੀ ਵੀ ਅੱਜ ਨਸ਼ਾ ਜਾਂ ਵੇਚ ਰਿਹਾ ਜਾਂ ਇੱਥੋਂ ਫੜਨਾ ਇਹਨਾਂ ਨੇ ਇੱਥੇ ਕਰਨਾ, ਉਸ ਮਤਲਬ ਮਕਸਦ ਦੇ ਹਿਸਾਬ ਨਾਲ ਉਸ ਰਾਹ 'ਤੇ ਅਸੀਂ ਚੱਲ ਕੇ, ਕੱਲ੍ਹ ਵੀ ਇਹਨਾਂ ਦੇ ਮਗਰ ਲੱਗੇ ਪਰ ਕੱਲ੍ਹ ਸਾਡੇ ਹੱਥ ਕੁਛ ਇਹਨਾਂ ਨੇ ਲਾਉਣ ਲੱਗ ਨਹੀਂ ਲੱਗਿਆ, ਅਤੇ ਅੱਜ ਅਸੀਂ ਸੁਬਾਹ ਹੀ 8:30-9 ਵਜੇ ਤੋਂ ਲੈ ਕੇ ਤਕਰੀਬਨ ਇਹਨਾਂ ਦੇ ਪਿੱਛੇ ਸੀ, ਅਤੇ ਅਸੀਂ 3 ਬੰਦੇ ਅੱਜ ਅਸੀਂ ਫੜੇ ਆ। ਪਹਿਲਾਂ ਤਾਂ ਇੱਕ ਮੁੰਡਾ ਫੜਿਆ ਜੋ ਥੋੜ੍ਹੇ ਜਿਹੇ ਮਤਲਬ ਛੋਟੇ ਬੱਚਿਆਂ ਨੂੰ ਹੀ, ਇੱਕ ਜੋ ਸਾਡੇ ਹਾਕਮ ਵਾਲੇ ਦਾ ਜੋ ਸਾਡੇ ਪਿੰਡ ਦੇ ਵਿੱਚ ਰਹਿਣ ਆਇਆ ਸੀ ਜੋ ਰਹਿੰਦਾ ਸੀ, ਉਸਨੇ ਨਸ਼ੇ 'ਤੇ ਛੋਟੇ ਬੱਚਿਆਂ ਨੂੰ ਟਾਰਗੇਟ ਕਰਕੇ, ਛੋਟੀ ਉਮਰ ਦੇ ਜਿਨ੍ਹਾਂ ਦੇ 10-10, 12-12 ਸਾਲਾਂ ਦੀ ਉਮਰ ਦੇ ਬੱਚੇ ਆ, ਉਹਨਾਂ ਨੂੰ ਟਾਰਗੇਟ ਕੀਤਾ ਵੀ ਤੁਸੀਂ ਨਸ਼ੇ 'ਤੇ ਲਾਓ, ਉਹਨਾਂ ਨੂੰ ਘਰੇ ਬੁਲਾਉਂਦਾ ਸੀ, ਕੁਛ ਚਲੋ ਸਮਝ ਲਓ ਵੀ ਕੁਛ ਖਵਾਉਂਦਾ ਸੀ, ਪਿਆਉਂਦਾ ਸੀ, ਕਦੇ ਬਿਸਕੁਟ ਕੋਈ ਕੁਰਕਰੇ ਲਿਆ ਤੇ ਬੱਚੇ ਸਾਡੇ ਘਰੇ ਆਉਣ। ਉਸ ਤੋਂ ਬਾਅਦ ਉਹਨਾਂ ਨੂੰ ਕੀ ਕੀਤਾ, ਹੌਲੀ ਹੌਲੀ ਚਿੱਟੇ ਦੇ ਜੋ ਇਹ ਭਿਆਨਕ ਨਸ਼ਾ ਸਾਡੇ ਪੰਜਾਬ ਨੂੰ, ਸਾਡੇ ਪਿੰਡ ਨੂੰ, ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਬਰਬਾਦ ਕਰ ਰਿਹਾ, ਉਸ ਦੇ ਉੱਤੇ ਹੌਲੀ ਹੌਲੀ ਲਾਇਆ, ਅਤੇ ਜਿਵੇਂ ਕਿ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਕੋਈ ਪੈਸੇ ਉਸ ਬੱਚੇ ਨੌਜਵਾਨਾਂ ਤੋਂ ਜੋ ਛੋਟੇ ਉਮਰ ਦੇ ਬੱਚੇ ਸੀ ਉਹਨਾਂ ਤੋਂ ਪੈਸੇ ਨਹੀਂ ਲੈਂਦਾ ਸੀ, ਕਿਉਂਕਿ ਉਹਨਾਂ ਤੋਂ ਨਸ਼ਾ ਉਹਨਾਂ ਨੂੰ ਲਵਾਉਂਦਾ ਸੀ ਤਾਂ ਕਿ ਉਹ ਜਿਹੜਾ ਉਹਦਾ ਨਸ਼ਾ ਉਹ ਬੱਚੇ ਨੂੰ, ਕਿਉਂਕਿ ਆਪਾਂ ਮੈਂ ਕੋਈ ਵੀ ਆਪਣੇ ਪਿੰਡ ਦਾ ਸਰਪੰਚ ਜਾਂ ਮੈਂਬਰ, ਆਪਾਂ ਬੱਚੇ 'ਤੇ ਨਹੀਂ ਸ਼ੱਕ ਕਰਾਂਗੇ ਵੀ ਬੱਚਾ ਇਹ ਨਸ਼ਾ ਕਰਦਾ, ਪਰ ਉਸ
ਦੇ ਹਿਸਾਬ ਨਾਲ ਵੀ ਹਾਂ ਬੱਚਾ ਨਸ਼ਾ ਲੈ ਕੇ ਜਾਂਦਾ ਉਹ ਗਾਂਹ ਕਿਸੇ ਨੂੰ ਸਪਲਾਈ ਕਰਦਾ ਵੇਚਦਾ ਉਹ ਫ੍ਰੀ ਦੇ ਵਿੱਚ ਉਹਨੂੰ ਮਤਲਬ ਚਿੱਟਾ ਦੇ ਜਾਂਦੇ ਸੀ ਤੇ ਉਹ ਲੱਗਿਆ ਹੋਇਆ ਬੱਚਿਆਂ ਨੂੰ ਡਿਲੀਵਰੀ ਵਾਸਤੇ ਯੂਜ਼ ਕਰਦੇ ਸੀ ਹਾਂਜੀ ਡਿਲੀਵਰੀ ਕਰਨ ਡਿਲੀਵਰੀ ਵਾਸਤੇ ਬੱਚਿਆਂ ਨੂੰ ਡਿਲੀਵਰੀ ਵਾਸਤੇ ਯੂਜ਼ ਕੀਤਾ ਜਾਂਦਾ ਸੀ ਕਿ ਅੱਜ ਮੈਂ ਬੱਚੇ ਨੂੰ ਥੋੜ੍ਹਾ ਜਿਹਾ ਚਿੱਟਾ ਲਵਾਤਾ ਉਹਨੂੰ ਕਹਿੰਦਾ ਵੀ ਤੂੰ ਜਾ 50 ਬੰਦਿਆਂ ਨੂੰ ਸਪਲਾਈ ਕਰਿਆ ਉਹ ਗਾਂਹ 50 ਨੂੰ ਕਰਿਆ ਹੁੰਦਾ ਸੀ ਸ਼ਾਮ ਨੂੰ ਆ ਕੇ ਫਿਰ ਉਹ ਤੋਂ ਚਿੱਟਾ ਲੈਂਦਾ ਆਹ ਜੋ ਹੀ ਸਾਡੇ ਪਿੰਡ ਦੇ ਵਿੱਚ ਇਹ ਚੱਲ ਰਿਹਾ ਤੇ ਅਸੀਂ ਇਸ ਨੌਜਵਾਨਾਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਤੇ ਹੋਰ ਸਾਰੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਜੋ ਇਹ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਅਸੀਂ ਇਸ ਮੁਹਿੰਮ ਨੂੰ ਉਹਨਾਂ ਚਿਰ ਨਹੀਂ ਅਸੀਂ ਮਤਲਬ ਚੁੱਪ ਕਰਕੇ ਬੈਠਾਂਗੇ ਜਿੰਨਾ ਚਿਰ ਅਸੀਂ ਆਪਦੇ ਪਿੰਡ ਨੂੰ ਨਸ਼ਾ ਰਹਿਤ ਪਿੰਡ ਨਹੀਂ ਬਣਾਉਣਾ ਕਾਰਵਾਈ ਨਹੀਂ ਸੀ ਕਰਦੀ ਜਾਂਦੇ ਤੇ ਨਹੀਂ ਐਕਚੁਅਲੀ ਅਸੀਂ ਪੁਲਿਸ ਨੂੰ ਬਹੁਤ ਵਾਰੀ ਦੱਸਿਆ ਜੀ ਕਿਉਂਕਿ ਪਹਿਲਾਂ ਤਾਂ ਚਲੋ ਜੋ ਸੀਗਾ ਨਹੀਂ ਕਿਸੇ ਨੇ ਕਾਰਵਾਈ ਕੀਤੀ ਨਹੀਂ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਵੀ ਦੇਖ ਰਹੇ ਹਾਂ ਕਿੱਥੇ ਕਾਰਵਾਈ ਹੁੰਦੀਆਂ ਨੇ ਪਰ ਜੋ ਅਸੀਂ ਅੱਜ ਐਸਐਚਓ ਸਾਹਿਬ ਨੂੰ ਬਾਘਾ ਪੁਰਾਣਾ ਨੂੰ ਪਤਾ ਲੱਗਿਆ ਤੇ ਉਹ ਤੁਰੰਤ ਪਹੁੰਚੇ ਚਲੋ ਉਮੀਦ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਹਾਂ ਬੱਚਿਆਂ ਤੇ ਕੋਈ ਘਰ ਦੇ ਵਿੱਚ ਕਿੰਨੀ ਦੇਰ ਤੋਂ ਨਸ਼ਾ ਵਿਕਦਾ ਜੀ ਇਹ ਘਰ ਦੇ ਵਿੱਚੋਂ ਤਕਰੀਬਨ ਹੋਊਗਾ ਜੀ ਮੇਰੇ ਖਿਆਲ ਦੇ ਵਿੱਚ 7-8 ਮਹੀਨੇ ਸਾਲ ਦੇ ਤਕਰੀਬਨ ਹੀ ਉੱਥੇ ਨਸ਼ਾ ਵਿਕ ਰਿਹਾ ਤੇ ਤੁਸੀਂ ਤੁਹਾਡੇ ਵੱਲੋਂ ਅੱਜ ਲੌਕ ਵੀ ਲਾ ਦਿੱਤਾ ਗਿਆ ਘਰ ਨੂੰ ਹਾਂਜੀ ਉਹ ਫਿਰ ਐਕਚੁਅਲੀ ਜਦੋਂ ਅਸੀਂ ਸੁਬਾਹ ਰੇਡ ਮਾਰੀ ਪਿੰਡ ਦੇ ਨੌਜਵਾਨਾਂ ਨੇ ਸਰਪੰਚ ਸਾਹਿਬ ਸਾਰੀ ਪੰਚਾਇਤ ਨੇ ਨਾਲ ਲੈ ਕੇ ਰੇਡ ਮਾਰੀ ਜੋ ਘਰੇ ਸਾਨੂੰ ਜੋ ਨਹੀਂ ਮਿਲੇ ਸੀਗੇ ਤੇ ਫਿਰ ਅਸੀਂ ਘਰੋਂ ਚਲੋ ਵਾਪਸ ਆ ਗਏ ਪਰ ਹੁਣ ਪਿੰਡ ਦੇ ਸਾਰੇ ਹੀ ਮੋਹਦਵਾਰ ਬੰਦਿਆਂ ਨੇ ਪਤਵੰਤੇ ਸੱਜਣਾ ਦੇ ਸਰਪੰਚ ਸਾਹਿਬਾਨ ਪੰਚਾਇਤ ਨੇ ਨੌਜਵਾਨ ਵੀਰਾਂ ਨੇ ਕਲੱਬਾਂ ਨੇ ਰਲ ਕੇ ਇਹ ਮਤਾ ਪਾਸ ਕੀਤਾ ਕਿ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਤੇ ਉਹਨਾਂ ਦੇ ਬਕਾਇਦਾ ਉਹਨਾਂ ਦੇ ਗੇਟ ਦੇ ਵਿੱਚ ਜੋ ਅਸੀਂ ਇੱਕ ਨੋਟਿਸ ਬੋਰਡ ਵੀ ਲਿਖ ਕੇ ਲਾਵਾਂਗੇ ਵੀ ਤੁਸੀਂ ਇਸ ਪਿੰਡ ਤੋਂ ਅੱਜ ਤੋਂ ਬੇਦਖਲ ਹੋ ਤੁਸੀਂ ਇਸ ਪਿੰਡ ਦੇ ਵਿੱਚ ਨਹੀਂ ਆ ਸਕਦੇ ਮੈਂ ਸਰਪੰਚ ਨਿਰਮਲ ਸਿੰਘ ਸਮਾਧ ਭਾਈ ਮੈਂ ਪ੍ਰਸ਼ਾਸਨ ਅੱਗੇ ਪੂਰੀ ਅਪੀਲ ਕਰਦਾ ਜੋ ਕੌਰਾ ਹੈ ਮਾਸਟਰ ਮਾਈਂਡ ਇਹਨਾਂ ਦਾ ਜੋ ਬੱਚਿਆਂ ਨੂੰ ਬਹੁਤ ਮਤਲਬ ਚਿੱਟੇ ਦੀ ਭਿਆਨਕ ਦਲਦਲ ਦੇ ਵਿੱਚ ਫਸਾ ਰਿਹਾ ਉਹਦੇ ਪੂਰੀ ਜੋ ਕਾਰਵਾਈ ਕੀਤੀ ਜਾਵੇ ਸਰਪੰਚ ਸਾਹਿਬ ਤੁਸੀਂ ਪਹਿਲਾਂ ਕੋਸ਼ਿਸ਼ ਨਹੀਂ ਕੀਤੀ ਅੱਜ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਹੈ ਇਹ ਨੌਜਵਾਨਾਂ ਨੇ ਮੈਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਤੁਰਿਆ ਮੈਂ ਇਹਨਾਂ ਨੂੰ ਪਹਿਲਾਂ ਵੀ ਇਹ ਕਲੱਬ ਮਹਿਲਾ ਮੈਨੂੰ ਕਹਿ ਆ ਰਹੇ ਆ ਮੇਰੇ ਕੋਲੇ ਵੀ ਇਹਨਾਂ 'ਤੇ ਆਪਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੁਹਾਡੀ ਜਾਣਕਾਰੀ ਸੀਗਾ ਪਹਿਲਾਂ ਇਹ ਨਸ਼ਾ ਵਿਕਦਾ ਹਾਂਜੀ ਜਾਣਕਾਰੀ ਸੀਗਾ ਪਹਿਲਾਂ ਅਸੀਂ ਆਪਦੇ ਬੇਸ 'ਤੇ ਇਹਨੂੰ ਇੱਕ ਦੋ ਵਾਰੀ ਸਮਝ ਆਇਆ ਵੀ ਹੈ ਪਰ ਇਹ ਬੰਦਾ ਹਟਿਆ ਨਹੀਂ ਇਹਦੇ ਨਾਲ ਇਹ ਹੈ ਵੀ ਇਹਦੀ ਇੱਕ ਵਾਈਫਾਈ ਘਰ ਵਾਲੀ ਉਹ ਵੀ ਨਾਲ ਇਹਦੇ ਨਾਲ ਕਰ ਰਹੀ ਹੈ ਇਸ ਬੰਦੇ ਦੇ ਪਹਿਲਾਂ ਵੀ ਇਹ ਪਰਚੇ ਦੋ ਤਿੰਨ ਹੋਏ ਵੇ ਕਿੱਥੋਂ ਦਾ ਸਰਪੰਚ ਸਾਹਿਬ ਜਿਹੜਾ ਕੋਰਾ ਮੁੰਡਾ ਇਹ ਕੋਰਾ ਹਾਕਮ ਵਾਲੇ ਤੋਂ ਹੈ ਜੀ ਉੱਥੋਂ ਵੀ ਪਿੰਡ ਤੋਂ ਕੱਢਿਆ ਗਿਆ ਇਹ ਬੰਦਾ ਪਹਿਲਾਂ ਕਿਉਂ ਨਹੀਂ ਕੋਸ਼ਿਸ਼ ਕੀਤੀ ਗਈ ਜੀ ਕੱਢਣ ਦੀ ਇਹਨੂੰ ਕੱਢਣ ਦੀ ਪਹਿਲਾਂ ਵੀ ਬਹੁਤ ਵਾਰੀ ਅਸੀਂ ਇਹਨੂੰ ਬੰਦੇ ਨੂੰ ਸਮਝਾਇਆ ਸਾਨੂੰ ਪਰ ਇਹਦੇ ਪਤਾ ਨਹੀਂ ਲੱਗਿਆ ਸਾਥੋਂ ਫੜਿਆ ਨਹੀਂ ਗਿਆ ਪਰ ਹੁਣ ਸਾਨੂੰ ਜਿਵੇਂ ਜਿਵੇਂ ਦਾ ਪਤਾ ਲੱਗਦਾ ਅਸੀਂ ਇਹਦੇ ਸੁਰਾਗ ਪੜ ਕੇ ਅੱਜ ਨੌਜਵਾਨਾਂ ਵੱਲੋਂ ਲੋਕ ਵੀ ਲਾ ਦਿੱਤਾ ਗਿਆ ਪੰਚਾਇਤ ਵੱਲੋਂ ਮਤਾ ਪਾ ਹਾਂਜੀ ਉਹ ਸਾਰੇ ਪਿੰਡ ਨੇ ਸਹਿਯੋਗ ਨਾਲ ਲਾਇਆ ਲੋਕ ਵੀ ਇਹ ਬੰਦਾ ਵੀ ਇੱਥੇ ਪਿੰਡ 'ਚ ਨਹੀਂ ਰਹਿਣਾ ਚਾਹੀਦਾ ਅਸੀਂ ਸਾਰਿਆਂ ਨੇ ਮਤਾ ਪਾਸ ਕੀਤਾ ਪਿੰਡ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਵੀ ਇਹ ਪਿੰਡ 'ਚੋਂ ਬਾਹਰ ਕੱਢਿਆ ਜਾਵੇ ਉਧਰ ਥਾਣਾ ਮੁਖੀ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ 3 ਨੌਜਵਾਨ ਨਸ਼ੇੜੀ ਪੁਲਿਸ ਹਵਾਲੇ ਕੀਤੇ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਮਕੌਰ ਸਿੰਘ ਦੇ ਘਰ ਨੂੰ ਜਿੰਦਰਾ ਲਗਾ ਦਿੱਤਾ ਗਿਆ ਉਸ ਦੀ ਵੀ ਭਾਲ ਕਰਾਂਗੇ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਐਸ ਐਚ ਓ ਸਾਹਿਬ ਇੱਥੇ ਸਮਾਧ ਭਾਈ ਦੇ ਵਿੱਚ ਦੋ ਲੜਕੇ ਫੜੇ ਆ ਨਸ਼ਾ ਕਰਦੇ ਆ ਪਿੰਡ ਸਮਾਧ ਭਾਈ ਤੋਂ ਅੱਜ ਇਹਨਾਂ ਨੇ ਨੌਜਵਾਨ ਸਭਾ ਦੇ ਮੁੰਡਿਆਂ ਨੇ ਕੋਈ ਨਸ਼ਾ ਪੀਣ ਵਾਲੇ 3 ਲੜਕੇ ਫੜੇ ਨੇ ਜਿਨ੍ਹਾਂ ਨੇ ਫੜ ਕੇ ਸਾਡੇ ਹਵਾਲੇ ਕੀਤੇ ਨੇ ਉਹਨਾਂ ਤੋਂ ਪੁੱਛਗਿੱਛ ਕਰਕੇ ਜੋ ਵੀ ਕਾਰਵਾਈ ਬਣੇਗੀ ਸਾਹਮਣੇ ਆਏਗਾ ਤਾਂ ਸਾਹਮਣੇ ਉਸਦੇ ਆਧਾਰ 'ਤੇ ਪੂਰੀ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਪੂਰਾ ਭਰੋਸਾ ਦਵਾਉਣਾ ਇੱਕ ਘਰ ਦੇ ਵਿੱਚ ਲੈ ਕੇ ਗਏ ਜਿੱਥੇ ਨਸ਼ਾ ਵਿਕਦਾ ਹੈ ਉਹ ਪਿੰਡ ਨੇ ਆਪਣੇ ਤੌਰ 'ਤੇ ਮਤਾ ਪਾ ਕੇ ਉਹਨੂੰ ਜਿੰਦਾ ਲਾਤਾ ਅੱਜ ਨੋਟਿਸ 'ਚ ਆਇਆ ਕਿਉਂਕਿ ਮੇਰੀ ਨਵੀਂ ਪੋਸਟਿੰਗ ਹੋਈ ਆ ਅੱਜ ਹੀ ਨੋਟਿਸ 'ਚ ਆਇਆ ਵੀ ਉਹ ਬੰਦਾ ਕੋਈ ਹਾਕਮ ਪਿੰਡ ਵਾਲੇ ਦਾ ਬਠਿੰਡੇ ਜ਼ਿਲ੍ਹੇ ਦਾ ਵੀ ਦਾ ਨਸ਼ਾ ਵੇਚਣ ਦਾ ਉਹ ਇੱਥੇ ਰਹਿੰਦਾ ਸਮੇਂ ਤੋਂ ਵੇਚ ਰਿਹਾ ਜੀ ਉਹ ਅੱਜ ਪਤਾ ਲੱਗਿਆ ਵੀ ਇੱਥੇ ਰਹਿ ਰਿਹਾ ਦੇਖਦੇ ਹਾਂ ਜਦੋਂ ਘਰੇ ਪਹੁੰਚੇ ਘਰੇ ਸੀਗਾ ਕੋਈ ਘਰੇ ਕੋਈ ਨਹੀਂ ਸੀਗਾ ਤਾਲਾ ਲਾਤਾ ਪਿੰਡ ਵਾਲਿਆਂ ਨੇ ਪੰਚਾਇਤ ਨੇ ਪਿੰਡ ਦੇ ਕਲੱਬ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬਹੁਤ ਵਾਰੀ ਜਿਹੜਾ ਹੈਗਾ ਪੁਲਿਸ ਨੂੰ ਲਿਖ ਕੇ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਂ ਨਵਾਂ ਪੋਸਟਡ ਹੋਇਆ ਆ ਕੇ ਦੇਖ ਲੈਣਾ ਕਿ ਕੀ ਕਦੋਂ ਇਹਨਾਂ ਨੇ ਦਿੱਤੀ ਇਨਫੋਰਮੇਸ਼ਨ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ